ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਬਾਬਾ ਬਲਵੰਤ ਸਿੰਘ ਜੀ ਦੁੱਧਾਤਾਰੀ ਵਿਖੇ ਅਲਾਕਾ ਰਾਜਪੁਰਾ ਤੇ ਕਨੌਰ ਹਲਕੇ ਦੇ ਗਿਆਨੀ ਸਿੰਘ ਸਹਿਬਾਨਾ ਦੀ ਗਰੰਥੀ ਸਿੰਘ ਸਹਿਬਾਨਾ ਜਿਹੜੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਵੰਸ ਦੀ ਜ਼ਿੰਮੇਵਾਰੀ ਜਿਹੜੀ ਉਹ ਨਭਾਉਂਦੇ ਨੇ ਗਰੰਥੀ ਸਿੰਘ ਸਹਿਬਾਨਾ ਦੀ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਉਹਨਾਂ ਨੂੰ ਆ ਰਹੀਆਂ ਦਿਕਤਾਵਾਂ ਪਰੇਸ਼ਾਨੀਆਂ ਤਕਲੀਫਾਂ ਉਹਨਾਂ ਦੇ ਸਬੰਧ ਵਿੱਚ ਵਿਚਾਰ ਕੀਤੀ ਗਈ ਤੇ ਬਹੁਤ ਗ੍ਰੰਥੀ ਸਿੰਘ ਸਹਿਬਾਨ ਇਦਾਂ ਦੇ ਨੇ ਜਿਨ੍ਹਾਂ ਦੇ ਪਿੰਡ ਵਿੱਚ ਸੈਲਰੀ ਨਹੀਂ ਹੈ ਤਮਾਈ ਛਮਾਈ ਦਾਣਿਆਂ ਨਾਲ ਹੀ گزارਾ ਕਰਨਾ ਪੈਂਦਾ ਸੋ ਇਹਦੇ ਤੇ ਵਿਚਾਰਾਂ ਕੀਤੀਆਂ ਸੋ ਇਹ ਮੀਟਿੰਗ ਜਿਹੜੀ ਆ ਅਗਲੀ 27 ਤਰੀਕ ਨੂੰ 27 ਜੂਨ ਨੂੰ ਸਮਾਂ ਜਿਹੜਾ ਹੈ ਦੁਪਹਿਰ 3 ਵਜੇ ਦਾ ਨਿਸ਼ਚਿਤ ਕੀਤਾ ਗਿਆ ਬੜੇ ਗ੍ਰੰਥੀ ਸਿੰਘ ਸਹਿਬਾਨ ਜਿਵੇਂ ਪਿੰਡ ਲੋਹਾ ਖੇੜੀ ਤੋਂ ਪਿੰਡ ਹਰੀਪੁਰ ਤੋਂ ਪਿੰਡ ਜਾਂਸਲੇ ਤੋਂ ਪ੍ਰੇਮਨਗਰ ਤੋਂ ਉਸ ਤੋਂ ਬਾਅਦ ਗਣੇਸ਼ਨਗਰ ਤੋਂ 파ਟੇ 파ਟੀਆਂ ਸਾਭ ਜੀ ਆਏ ਨੇ ਗੁਰਦਾਰਾ ਰਾਮ ਗੜੀਆ ਤੋਂ ਯਾਨੀ ਕੁਲਵਿੰਦਰ ਸਿੰਘ ਜੀ ਢਕਾਨਸੂ ਤੋਂ ਆਏ ਨੇ ਸਾਡੇ ਸਿੰਘ ਸਹਿਬਾਨ ਹੋਰ ਸਾਰਿਆਂ ਢੀਂਡ ਸਾਹ ਪਿੰਡ ਤੋਂ ਸਾਰੇ ਜਗ੍ਹਾ ਤੋਂ ਗਿਆਨੀ ਅਮਰਜੀਤ ਸਿੰਘ ਜੀ ਥੂਹਾ ਪਿੰਡ ਤੋਂ ਤੇ ਮਗਰ ਤੋਂ ਮਗਰ ਪਿੰਡ ਤੋਂ ਸੋ ਬੜੇ ਪਿੰਡਾਂ ਤੋਂ ਸਿੰਘ ਸਹਿਬਾਨ ਆਏ ਮੈਨੂੰ ਮੈਂ ਨਾਂ ਨਹੀਂ ਲੈਣਾ ਇੱਥੇ ਸਿੰਘ ਸਹਿਬਾਨ ਖੜੇ ਨੇ ਮੇਰਾ ਮਨ ਭਰ ਗਿਆ ਉਹਨਾਂ ਦੀ ਗੱਲ ਸੁਣ ਕੇ ਵੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ 3000 ਰੁਪਿਆ ਸੈਲਰੀ ਹੈ ਪਲੱਸ ਉਹਨਾਂ ਨੂੰ ਹਾਰਟ ਦੀ ਬਿਮਾਰੀ ਹੈ ਅਟੈਕ ਉਹਨਾਂ ਨੂੰ ਆਇਆ ਹੋਇਆ ਉਹ 3000 ਮਹੀਨੇ ਦੇ ਵਿੱਚ ਇੱਕ ਪਿੰਡ 'ਚ ਡਿਊਟੀ ਕਰਦੇ ਨੇ ਪੰਜ ਬੱਚੇ ਨੇ ਹੁਣ ਆਪ ਇਮਾਨਦਾਰੀ ਨਾਲ ਦੱਸਿਓ ਜੇ ਜਿੰਨੇ ਆਪਾਂ ਭਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਲੇ ਵੀ ਹੋਵਾਂਗੇ ਵੀਡੀਓ ਵੇਖਾਂਗੇ ਉਹ ਵੀ ਹੋਣਗੇ ਜਿਹੜੇ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਵੇਖਣਾ ਚਾਹੁੰਦੇ ਨੇ ਕਿ 3000 ਰੁਪਏ ਦੇ ਵਿੱਚ ਗੁਜ਼ਾਰਾ ਹੁੰਦਾ ਵੱਡੀ ਸਮੱਸਿਆ ਜਿਹੜੀ ਆ ਉਹ ਇਹ ਇਹ ਗਰੰਥੀ ਸਿੰਘਾਂ ਤੋਂ ਸੁਣਨ ਨੂੰ ਮਿਲੀ ਆ ਵੀ ਇੱਥੇ ਪੇਟਾਵਾਂ ਜਿਹੜੀਆਂ ਨੇ ਉਹ ਜਿਹੜੀ ਸਹਿਜ ਪਾਠ ਸਾਹਿਬ ਜਿਹੜੋ ਖਾਨ ਪਾਠ ਸਾਹਿਬ ਕਰਦੇ ਆ 48 ਘੰਟੇ ਚ ਤੇ ਸਹਿਜ ਪਾਠ ਸਾਹਿਬ ਨੂੰ ਵੀ 40 ਘੰਟੇ ਘੱਟੋ-ਘੱਟ ਲੱਗਦੇ ਹੀ ਨੇ ਤੇ ਖਾਨ ਪਾਠ ਸਾਹਿਬ ਦੀ ਪੇਟਾ 6500 ਤੇ ਸਹਿਜ ਪਾਠ ਦੀ ਪੇਟਾ 2100 ਦਿੰਦੇ ਨੇ ਜੀ ਜਾਂ 3100 ਜਾਂ 1100 ਤੱਕ ਪੇਟਾ ਵੀ ਕਈ ਪਿੰਡਾਂ 'ਚ ਮਿਲਦੀ ਅਜੇ ਤੱਕ ਸੋ ਪਾਠ ਦੀ ਸੇਵਾ ਹੁੰਨੀ ਹੋਈ ਆ ਟਾਈਮ ਗਰੰਥੀ ਦਾ ਓਨਾ ਹੀ ਆ 60 ਘੰਟੇ ਇੱਕ ਗਰੰਥੀ ਕੰਮ ਕਰਦਾ ਹੈ ਤੇ 60 ਘੰਟੇ ਬਾਅਦ ਉਹਨੂੰ ਦਿਹਾੜੀ ਮਿਲਦੀ ਹੈ 1100 ਰੁਪਈਆ ਹੈਰਾਨਗੀ ਦੀ ਗੱਲ ਹੈ ਬੜੀ ਸ਼ਰਮ ਵਾਲੀ ਗੱਲ ਸੋ ਇਹ ਜਿਹੜੀਆਂ ਦਿੱਕਤਾਂ ਨੇ ਇਹਨਾਂ ਨੂੰ ਦੂਰ ਕਰਨ ਵਾਸਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਵੱਲੋਂ ਮੈਂ ਆਪਣੀ ਟੀਮ ਮੇਰੇ ਨਾਲ ਡਾਕਟਰ ਮਨਜੀਤ ਸਿੰਘ ਜਿਹੜੇ ਨੇ ਸਾਡੇ ਖੜੇ ਹੋਏ ਨੇ ਜਿਹੜੇ ਰਾਸ਼ਨ ਦੀਆਂ ਸੇਵਾਵਾਂ ਵੀ ਪਹਿਲਾਂ ਵੀ ਜ਼ਿੰਮੇਵਾਰ ਇਹਨਾਂ ਦੀ ਆ ਸਰਦਾਰ ਦਵਿੰਦਰ ਸਿੰਘ ਜੀ ਜੋ ਦੁੱਧ ਆਧਾਰੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਇੱਕ ਜ਼ਿੰਮੇਵਾਰ ਮੈਂਬਰ ਨੇ ਉਹ ਵੀ ਜੇ ਵਸ਼ੇਸ਼ ਕਰਕੇ ਸਾਡੇ ਵਿੱਚ ਇੱਥੇ ਪਹੁੰਚੇ ਨੇ ਤੋਂ ਸਾਡੀ ਬੇਨਤੀ ਹੈ ਵੀ ਸਾਰੇ ਗਰੰਤੀ ਸਿੰਘ ਸਹਿਬਾਨਾਂ ਨੂੰ ਇੱਕ ਤਾਂ ਇਕਾ ਕਰਨਾ ਪੈਣਾ ਅੱਜ ਅਸੀਂ ਪਰਸਨਲ ਸਨੇਹੇ ਨਹੀਂ ਸਿਲਾਏ ਅਸੀਂ ਇੱਕ ਵੀਡੀਓ ਪਾਈ ਸੀ ਵੇਖਣਾ ਚਾਹੁੰਦੇ ਸੀ ਵੀ ਕਿੰਨਾ ਕੁ ਦਰਦ ਹੈ ਆਏ ਨੇ ਜਿਨ੍ਹਾਂ ਦੇ ਅੰਦਰ ਦਰਦ ਹੈ ਪਰ ਜੇ ਚਾਹੁੰਦੇ ਹੋ ਵੀ ਤੁਹਾਡੀਆਂ ਤੁਹਾਨੂੰ ਜਿਹੜੀਆਂ ਕਮੇਟੀਆਂ ਤੰਗ ਕਰਦੀਆਂ ਨੇ ਉਹ ਕਮੇਟੀਆਂ ਤੁਹਾਨੂੰ ਪਰੇਸ਼ਾਨ ਨਾ ਕਰਨ ਤੁਹਾਡੀਆਂ ਪਟਾਵਾਂ ਤੁਹਾਨੂੰ ਸਹੀ ਮਿਲਣ ਤੇ ਤੁਹਾਡੀ ਤਨਖਾਹਾਂ ਤੁਹਾਨੂੰ ਸਹੀ ਮਿਲਣ ਤੁਹਾਡੀ ਰਿਆਸ਼ ਪਿੰਡਾਂ ਵਿੱਚ ਤੁਹਾਨੂੰ ਸਹੀ ਮਿਲੇ ਗੁਰਦੁਆਰਿਆਂ ਸਹੀ ਮਿਲੇ ਸਾਨੂੰ ਇਕਾ ਕਰਨਾ ਪੈਣਾ ਸਾਨੂੰ ਮжоਰਿਟੀ ਜਿਹੜੀ ਆ ਉਹ ਬਣਾਉਣੀ ਪੈਣੀ ਇੱਥੇ ਗਰੰਥੀ ਸਿੰਘਾ ਨੇ ਆਪ ਗਿਆਨੀ ਕੁਲਵਿੰਦਰ ਸਿੰਘ ਜੀ ਆ ਖੜੇ ਨੇ ਸਾਹਮਣੇ ਆਪ ਇਹ ਗੱਲ ਕਹੀ ਆ ਸਾਡੇ ਚ ਕਹਿੰਦੇ ਕਮੀਆਂ ਨੇ ਅਸੀਂ ਇੱਕ ਨਹੀਂ ਹੁੰਦੇ ਇੱਥੇ ਇੱਕ ਵੀਰ ਖੜਿਆ ਇਹ ਕਹਿੰਦਾ ਜੀ ਕੋਈ ਮਸਲਾ ਸੀ ਭੇਟਾ ਦਾ ਤੇ ਕਹਿੰਦਾ 250 ਬੰਦਿਆਂ ਨੂੰ ਮੈਂ ਫੋਨ ਲਾਏ ਤੇ ਗਰੰਥੀ ਇਕੱਠੇ ਹੋਏ 10 ਗਰੰਥੀ ਕਿੰਨੇ ਇਕੱਠੇ ਹੋਏ ਜੀ 10 10 ਗ੍ਰੰਥ ਇਕੱਠੇ ਹੋਏ ਤੇ ਜਦੋਂ ਅਸੀਂ ਆਪਣੇ ਹੱਕ ਆਪ ਲੈਣ ਵਾਸਤੇ ਇਕੱਠੇ ਨਹੀਂ ਹੋ ਸਕਦੇ ਤੇ ਕਿਸੇ ਨੇ ਤੁਹਾਡੇ ਉਹ ਹੱਕ ਤੁਹਾਨੂੰ ਥਾਲ ਚ ਪਰੋਸ ਕੇ ਘਰ ਦੇ ਵਿੱਚ ਨਹੀਂ ਦੇਣੇ ਸੋ ਉਹ ਹੱਕ ਤੁਹਾਨੂੰ ਆਪ ਲੈਣ ਵਾਸਤੇ ਤੁਹਾਨੂੰ ਇੱਕ ਮੈਜੋਰਟੀ ਕਰਨੀ ਪੈਣੀ ਹੈ ਇਹ ਲਗਭਗ 40 ਕਿਲੋਮੀਟਰ ਤੋਂ ਤੇ 35 ਕਿਲੋਮੀਟਰ ਤੋਂ ਉਹ ਵੀਰ ਜਿਹੜੇ ਨੇ ਪਹੁੰਚੇ ਨੇ ਸਿੰਘ ਸਾਹਿਬ ਤੁਸੀਂ ਕਿੱਥੋਂ ਆਏ ਹੋ ਇਹ ਪ੍ਰੇਮਨਗਰ ਤੋਂ ਤੁਸੀਂ ਇੱਥੋਂ ਹੀ ਆਏ ਹੋ ਸੋ ਇਹ ਸਾਰੇ ਵੀਰ ਇੰਨੀ ਦੂਰੋਂ ਦੂਰੋਂ ਜਿਹੜੇ ਪਹੁੰਚੇ ਨੇ ਸੋ ਉਮੀਦ ਕਰਦਾ ਮੈਂ 27 ਤਰੀਕ ਅਗਲੀ ਠੀਕ ਹੀ ਗੈਣੀ ਜੀ ਠੀਕ ਹੈ ਜੀ 27 ਤਰੀਕ ਨੂੰ ਸਨੇਹੇ ਐ ਵੀ ਦੀ ਵੀ ਗ੍ਰੰਥੀਆਂ ਲਵਾਣਗੇ ਫਾਰਮ ਜਿਹੜੇ ਨੇ ਆ ਫਾਰਮ ਹੈ ਅਸੀਂ ਗ੍ਰੰਥੀ ਸਿੰਘਾਂ ਵਾਸਤੇ ਤਿਆਰ ਕੀਤਾ ਹੈ ਇਹ ਫਾਰਮ ਸਿੰਘਾਂ ਨੂੰ ਵੀ ਦਿੱਤੇ ਨੇ ਇਹ ਵੀ ਆਪਣੀ ਜ਼ਿੰਮੇਵਾਰੀ ਨਾਲ ਗ੍ਰੰਥੀ ਤੱਕ ਪਹੁੰਚਾਉਣਗੇ ਪਰ ਜਿਹਨੂੰ ਇਹ ਫਾਰਮ ਚਾਹੀਦਾ ਹੋਵੇ 9914962071 ਨੰਬਰ ਹੈ ਸਾਡੇ ਸਦਾ ਮਨਜੀਤ ਸਿੰਘ ਜੀ ਦਾ ਜਿਹੜੇ ਸਾਰੀਆਂ ਸੇਵਾਵਾਂ ਸਾਹਮਦੇ ਨੇ ਇਹਨਾਂ ਨੂੰ ਤੁਸੀਂ ਕਾਲ ਕਰਕੇ ਤੁਸੀਂ ਫਾਰਮ ਲੈ ਸਕਦੇ ਹੋ ਜਾਂ 7061900001 ਫਾਰਮ ਤੇ ਵੀ ਨੰਬਰ ਦਿੱਤਾ ਹੋਇਆ ਹੈ ਉਹਦੇ ਤੇ ਤੁਸੀਂ ਮੈਸੇਜ ਕਰਕੇ ਤੁਸੀਂ ਫਾਰਮ ਲੈ ਸਕਦੇ ਹੋ ਸੋ ਇੰਨੀਆਂ ਕ ਬੇਨਤੀਆਂ ਕਰਦਾ ਮੈਂ ਖੀਮਾ ਦਾ ਜਾਚਕ ਹਾਂ ਉਮੀਦ ਕਰਦਾ ਸਾਡੇ ਇਲਾਕੇ ਦੇ ਰਾਜਪੁਰੇ ਤੇ ਕਨੌਰ ਹਲਕੇ ਦੇ ਗ੍ਰੰਥੀ ਜਾਗਣਗੇ ਆਪਣੇ ਹੱਕ ਲੈਣ ਵਾਸਤੇ ਮੈਂ ਤੁਹਾਡੇ ਨਾਲ ਹਾਂ ਮੈਂ ਤੁਰਾਂਗਾ ਜਿਸ ਜਿੱਥੋਂ ਤੱਕ ਮੇਰੀ ਵਾਹ ਲੱਗੇਗੀ ਮੇਰਾ ਇੱਕ ਇੱਕ ਕਤਰਾ ਗਰੰਥੀ ਸਿੰਘਾਂ ਦਾ ਕਰਜ਼ਦਾਰ ਹੈ ਰਿਣੀ ਰਹੇਗਾ ਮੈਂ ਇਸ ਬਾਬਾ ਬੁੱਢਾ ਸਾਹਿਬ ਦੀ ਅਨਸਵੰਸ ਦੀ ਜਿੰਨੀ ਕੁ ਮੇਰੇ ਕੋਲ ਇੱਜ਼ਤ ਹੁੰਦੀ ਹੈ ਇਹ ਮੇਰੇ ਇਲਾਕੇ ਨੂੰ ਪਤਾ ਵੀ ਮੈਂ ਕਿੰਨੀ ਕਿ ਇੱਜ਼ਤ ਕਰਦਾ ਗਰਤੀ ਸਿੰਘਾਂ ਦੀ ਸੋ ਮੇਰਾ ਤਾਂ ਇੱਕ ਕਤਰਾ ਤੁਹਾਡਾ ਕਰਜ਼ਦਾਰ ਆ ਸੋ ਉਮੀਦ ਕਰਦਾ ਤੁਸੀਂ ਆਪ ਆਪਣੇ ਹੱਕ ਲੈਣ ਵਾਸਤੇ ਇਕੱਠੇ ਹੋਵੋਗੇ 27 ਤਰੀਕ ਨੂੰ ਦੁਪਹਿਰੇ 3 ਵਜੇ ਇਸੇ ਅਸਥਾਨ ਤੇ ਬਾਬਾ ਦੁੱਧਾ ਧਾਰੀ ਦੇ ਅਸਥਾਨ ਤੇ ਮੈਂ ਫੇਰ ਤੁਹਾਡੀ ਉਡੀਕ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ